ਗੈਸਟ੍ਰਿਕ ਬਾਈਪਾਸ ਕਰਾਉਣਾ ਸੀ। ਮੈਂ ਯੂਟਿਊਬ ਤੇ ਨਾ ਵੀਡੀਓ ਦੇਖੀ ਸੀ ਤੇ ਮੈਂ ਸਰ ਨੂੰ ਮਿਲਿਆ ਕਿ ਜਸਮੀਤ ਸਿੰਘ ਆਲੂ ਵਾਲੀਆਂ ਨੂੰ, ਤੇ ਉਹਨਾਂ ਨੇ ਸੋਲਿਊਸ਼ਨ ਦੱਸਿਆ, ਤੁਹਾਡੀ ਸਰਜਰੀ ਹੋਊਗੀ। ਸਰਜਰੀ ਹੋ ਗਈ, ਅੱਜ 5 ਦਿਨ ਹੋ ਗਏ, ਲਾਈਟ ਵੇਟ ਫੀਲ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਾਂਸ਼ਹਿਰ ਤੋਂ ਆਇਆ ਤੇ ਮੈਂ ਯੂਟਿਊਬ ਤੇ ਨਾ ਵੀਡੀਓ ਦੇਖੀ ਸੀ, ਗੈਸਟ੍ਰਿਕ ਬਾਈਪਾਸ ਕਰਾਉਣਾ ਸੀ ਤੇ ਮੈਂ ਸਰ ਨੂੰ ਮਿਲਿਆ ਕਿ ਜਸਮੀਤ ਸਿੰਘ ਆਲੂ ਵਾਲੀਆਂ ਨੂੰ, ਤੇ ਉਹਨਾਂ ਨੇ ਸੋਲਿਊਸ਼ਨ ਦੱਸਿਆ, ਤੁਹਾਡੀ ਸਰਜਰੀ ਹੋਊਗੀ ਤੇ ਉਹ ਲਈ ਸਹੀ ਰਹੂਗਾ। ਤੇ ਸਰਜਰੀ ਹੋ ਗਈ, ਅੱਜ 5 ਦਿਨ ਹੋ ਗਏ, ਲਾਈਟ ਵੇਟ ਫੀਲ ਕਰ ਰਹੇ ਹਾਂ। ਸਾਰਾ ਕੁਛ ਵਧੀਆ ਹਾਲੇ ਫਿਲਹਾਲ, ਹੋਸਪਿਟਲ ਦਾ ਸਟਾਫ ਤੇ ਰੂਮਸ ਵਗੈਰਾ ਬਹੁਤ ਵਧੀਆ, ਸਾਰਾ ਕੁਛ। ਸਰਜਰੀ ਤੋਂ ਬਾਅਦ ਮੈਨੂੰ ਕੋਈ ਦਿੱਕਤ ਨਹੀਂ ਆ ਰਹੀ, ਮੈਂ ਆਰਾਮ ਨਾਲ ਖਾ ਪੀ ਰਿਹਾ ਹਾਂ ਤੇ ਮੇਰੇ ਕੋਈ ਦਰਦ ਨਹੀਂ ਹੋ ਰਹੀ, ਸਭ ਵਧੀਆ ਆ ਤੇ ਸਾਰੇ ਸਟਾਫ ਵੀ ਵਧੀਆ ਆ, ਹੈਲਪਫੁਲ ਆ, ਕੋਈ ਵੀ ਮੈਨੂੰ ਪ੍ਰੋਬਲਮ ਨਹੀਂ ਹੈਗੀ ਹਲੇ ਤੱਕ। ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ, ਉਹ ਪਲੀਜ਼ ਇੱਕ ਵਾਰ ਇਹਨਾਂ ਨੂੰ ਆ ਕੇ ਮਿਲਣ ਤੇ ਇਹ ਤੁਹਾਨੂੰ ਸੋਲਿਊਸ਼ਨ ਦੇਣਗੇ ਉਹ ਚੀਜ਼ ਦਾ। ਥੈਂਕ ਯੂ।